ਜੇਲਾਂ 'ਚ ਵੀ ਕੁਰਾਨ ਸੁਣਾਇਆ, ਅਸਾਂ ਮਿੰਬਰਾਂ 'ਤੇ ਵੀ ਕੁਰਾਨ ਸੁਣਾਇਆ ਅਤੇ ਸੁਣਾਉਂਦੇ ਆ ਰਹਿਣਾ। ਬੋਲੋ, ਅਸਾਂ ਕੁਰਾਨ ਸੁਣਾਉਂਦੇ ਆ ਰਹਿਣਾ। ਕਿਸੇ ਦੇ ਮੱਥੇ 'ਤੇ ਵੱਟ ਪੈਂਦਾ ਪੈ ਜਾਏ, ਕਿਸੇ ਦੇ ਪੇਟ 'ਚ ਮਰੋੜ ਉੱਠਦਾ ਉੱਠ ਜਾਏ, ਅਸਾਂ ਕੁਰਾਨ ਦੀ ਆਵਾਜ਼ ਸੁਣਾਉਂਦੇ ਹੀ ਰਹਿਣਾ। ਮੇਰੇ ਨਬੀ ਨੇ ਸੁਣਾਈ ਹੈ ਨਾ, ਪੱਥਰ ਖਾਧੇ ਨੇ, ਕੁਰਾਨ ਸੁਣਾਉਣਾ ਛੱਡਿਆ। ਨਬੀ 3 ਸਾਲ ਸ਼ੇਬ ਅਬੀ ਤਾਲਬ 'ਚ ਨਜ਼ਰ ਬੰਦ ਰਿਹਾ, ਕੁਰਾਨ ਸੁਣਾਉਣਾ ਛੱਡਿਆ। ਨਬੀ ਨੇ ਤਾਨੇ ਬਰਦਾਸ਼ਤ ਕਰ ਲਏ ਨੇ, ਕੁਰਾਨ ਸੁਣਾਉਣਾ ਛੱਡਿਆ। ਬੇਟੀਆਂ ਦੀਆਂ ਤਲਾਕਾਂ ਬਰਦਾਸ਼ਤ ਕਰ ਲਈਆਂ ਨੇ, ਮੁਖਾਲਫਤਾਂ ਬਰਦਾਸ਼ਤ ਕਰ ਲਈਆਂ ਨੇ, ਆਪਣਾ ਜਿਹੜਾ ਮੌਕਫ ਹੈ ਉਹਨੂੰ ਬਿਆਨ ਕਰਨਾ ਨਹੀਂ ਛੱਡਿਆ। ਕਾਬਾ ਦੇ ਰੱਬ ਦੀ ਕਸਮ ਉਠਾ ਕੇ ਕਹਾਂਗਾ, ਲੱਖਾਂ ਮੁਕੱਦਮੇ ਬਣਦੇ ਨੇ ਬਣ ਜਾਣ, ਹੱਥ ਕੜੀਆਂ ਲੱਗਦੀਆਂ ਨੇ ਲੱਗ ਜਾਣ, ਪਾਬੰਦੀਆਂ ਲੱਗਦੀਆਂ ਨੇ ਲੱਗ ਜਾਣ, ਨਜ਼ਰਬੰਦੀਆਂ ਹੁੰਦੀਆਂ ਨੇ ਹੋ ਜਾਣ, ਪਾਬੰਦੀਆਂ ਲੱਗਦੀਆਂ ਨੇ ਲੱਗ ਜਾਣ, ਮੁਖਾਲਫਤਾਂ ਹੁੰਦੀਆਂ ਨੇ ਹੋ ਜਾਣ, ਕਤਲ ਦੇ ਮਨਸੂਬੇ ਬਣਦੇ ਨੇ ਬਣ ਜਾਣ, ਕਤਲ ਦੇ ਮੁਕੱਦਮੇ ਬਣਦੇ ਨੇ ਬਣ ਜਾਣ। ਜਦ ਤੱਕ ਮੇਰੇ ਮੂੰਹ 'ਚ ਜ਼ੁਬਾਨ ਰਹੇਗੀ, ਮੇਰੀ ਜਿੰਦ 'ਚ ਜਾਨ ਰਹੇਗੀ, ਮੈਂ ਅਰਸ਼ਾਂ ਵਾਲੇ ਰੱਬ ਦਾ ਕੁਰਾਨ ਸੁਣਾਉਂਦਾ ਰਹਾਂਗਾ, ਨਬੀ ਦਾ ਫਰਮਾਨ ਕਰ ਕਰ ਪੁਚਾਉਂਦਾ ਰਹਾਂਗਾ। ਅੱਲਾਹੁ ਅਕਬਰ। ਖੁਤਬਾ ਜੁਮੇ, ਜੁਮੇ 'ਚ ਨਾਰਾ ਨਹੀਂ ਲਗਾਉਣਾ ਚਾਹੀਦਾ, ਉਹਨਾਂ ਬਜ਼ੁਰਗਾਂ ਦਾ ਪਿਆਰ ਹੈ, ਮੈਂ ਹੁਣ ਉਹਨੂੰ ਕੰਟਰੋਲ ਨਹੀਂ ਕਰ ਸਕਦਾ। ਅਤੇ ਚਲੋ ਤੁਸੀਂ ਵੀ ਦਰਗੁਜ਼ਰ ਕਰੇ ਅੱਜ, ਅੱਲਾਹ ਅੱਲਾਹੁ ਅਕਬਰ। ਅੱਲਾ ਇਹਨਾਂ ਦਾ ਪਿਆਰ ਕਬੂਲ ਫਰਮਾ। ਇਹ ਕੁਰਾਨ ਦੀ ਮੁਹੱਬਤ ਹੈ ਨਾ, ਕੁਰਾਨ ਦੀ ਗੱਲ ਮੇਰੀ ਨਹੀਂ, ਕਿਹਦੀ ਹੋ ਰਹੀ ਹੈ? ਉਹ ਬੋਲੋ ਮਰੋ ਤੇ ਸਹੀ। ਵਾਹ ਵਾਹ ਬੀਓ ਖੁਸ਼ਕੋ, ਤੁਸੀਂ ਗੱਲ ਵੀ ਨਹੀਂ ਕਰਦੇ, ਕਾਹਦੀ? ਫਿਰ ਆਖੋ, ਇਹ ਕੁਰਾਨ ਅਸਰ ਕਰਦਾ ਕਰਦਾ ਹੋ ਰਿਹਾ? ਅੱਜ ਨਾ ਗੋਡੇ ਫੜੇ ਨੇ, ਅੱਜ ਇਹਨਾਂ 'ਤੇ ਵੀ ਹੋ ਰਿਹਾ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਵੀ ਬੈਠੇ ਨੇ ਇੰਜੇ, ਐਨ ਲੈ ਜ਼ਰਦਾਰੀ ਬਣ ਕੇ ਬੈਠੀ ਹੂੰ, ਛਡਾ ਲੈ ਤੂੰ ਗੋਡੇ। ਅੱਲਾ ਇਹਨਾਂ ਦਾ ਪਿਆਰ ਕਬੂਲ ਫਰਮਾ। ਪਾਣੀ ਘੁੱਟ ਪਿਆ ਦਿਓ ਕਿ ਕੂਫੇ ਹੀ ਆ ਗਿਆ ਮੈਂ। ਬਾਵਜੂਦ ਬਿਮਾਰੀ ਦੇ ਦਿਨ ਰਾਤ ਸਫ਼ਰ, ਦਿਨ ਰਾਤ ਪ੍ਰੋਗਰਾਮ, ਅੱਲਾ ਕੋਈ ਰਾਤ ਕੋਈ ਦਿਨ ਤੇ ਤੂੰ ਕਬੂਲ ਕਰ ਹੀ ਲਵੇਂਗਾ ਨਾ। ਉਹ ਦੁਆ ਤੇ ਕਰ ਛੱਡਿਆ ਕਰੋ, ਤੁਸੀਂ ਭਾਬੀ ਵੀ ਬੜੇ ਸਿਆਣੇ ਲੋਕੀ ਹੋ। ਮੌਲਵੀ ਜੀ ਸਾਡੇ ਵਾਸਤੇ ਦੁਆ ਕਰਿਆ ਜੇ, ਖਸੂਸੀ ਖਸੂਸੀ ਨਹੀਂ ਖਸੂਸੀ ਖਸੂਸੀ ਦੁਆ ਕਰਿਆ ਜੇ। ਅਤੇ ਜਦੋਂ ਮੌਲਵੀ ਦੁਆ ਕਰ ਦਵੋ, ਉਦੋਂ ਆਉਂਦੇ ਨੇ ਆਮੀਨ ਉੱਚੀ, ਅਤੇ ਜਦੋਂ ਅਸੀਂ ਆਖੀਏ ਨਾ ਸਾਡੇ ਵਾਸਤੇ ਕਰਿਆ ਜੇ, ਉਦੋਂ ਆਉਂਦੇ ਨੇ ਇੰਝ। ਹੇਰਾ ਫੇਰੀ ਨਾ ਕਰਿਆ ਕਰੋ, ਅਸੀਂ ਵੀ ਤੁਹਾਡੇ ਵਿੱਚੋਂ ਹਾਂ, ਸਾਡੇ ਵਾਸਤੇ ਵੀ ਦੁਆ ਕਰ ਛੱਡਿਆ। ਕੁਰ
ਕੁਰਾਨ ਅਸਰ ਕਰਦਾ ਕਿ ਨਹੀਂ? ਮੱਕੇ ਵਾਲੇ ਕਹਿਣ ਲੱਗੇ ਕੁਰਾਨ ਨਾ ਸੁਣੀ। ਇਹ ਤੁਫੈਲ ਆਇਆ, ਬੈਤੁੱਲਾ ਦਾ ਤਵਾਫ ਕਰਨ ਲੱਗ ਪਏ ਅਤੇ ਰੱਬ ਦੇ ਹਬੀਬ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਏ ਅਤੇ ਮੇਰੇ ਆਕਾ ਨੇ ਆ ਕੇ ਨਮਾਜ਼ ਨੀਤ ਲਈ ਅਤੇ ਜੱਗਾਂ ਦੇ ਪੀਰ ਪੜਦੇ ਨੇ ਅਲਹਮਦੁਲਿਲਾਹ ਰੱਬਿਲ ਆਲਮੀਨ। ਵਾਸ਼ਾ ਅਬਦੁਲ ਗਨੀ ਮਰਹੂਮ, ਅੱਲਾ ਤੇਰੀ ਕਬਰ ਮੁਨੱਵਰ ਫਰਮਾਏ। ਅਲਹਮਦੁਲਿਲਾਹ ਰੱਬਿਲ ਆਲਮੀਨ ਅਰ-ਰਹਿਮਾਨ-ਅਰ-ਰਹੀਮ। ਆਉਂਦੀ ਜੇ ਤਾਂ ਮੁਨਕਰ ਹੀ ਬੈਠੇ ਹੋ, ਪੜੋ। ਹਾਂ ਆਉਂਦੀ ਜੇ ਤੇ ਅਰ-ਰਹਿਮਾਨ-ਅਰ-ਰਹੀਮ ਮਾਲਿਕ ਯੌਮਿਦ-ਦੀਨ ਇਯਾਕਾ ਨਅਬੁਦੁ ਹਾਏ 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 ਇਯਾਕਾ ਨਅਬੁਦੁ ਸਾਰੇ ਨਿਚੋੜ ਇੱਥੇ ਹੀ ਮੁੱਕ ਜਾਏ ਗੱਲ। ਇਯਾਕਾ ਨਅਬੁਦੁ ਆਵਾਜ਼ ਨਹੀਂ ਆਈ, ਇਯਾਕਾ ਨਅਬੁਦੁ ਉਹ ਜਿਹੜਾ ਪੜ੍ਹਦਾ ਪੜ੍ਹ ਲੈ ਇਯਾਕਾ ਨਅਬੁਦੁ। ਓਏ ਉਹ ਹੈ ਤੇ ਮੇਰਾ ਯਜ਼ਦਾਨੀ ਸ਼ਹੀਦ, ਸ਼ਹੀਦ ਹੋਣ ਤੋਂ 7 ਘੰਟੇ ਪਹਿਲੇ ਇਸ ਹੈਦ ਤੇ 1.5 ਘੰਟਾ ਰੱਬ ਦੀ ਤੋਹੀਦ ਦੀ ਲਲਕਾਰ ਪਾ ਗਿਆ, ਦੁਆਈਆਂ ਦੇ ਗਿਆ। ਇਯਾਕਾ ਨਅਬੁਦੁ ਵਇਯਾਕਾ ਨਸਤਾਈਨ ਇਹਦਿਨਸ-ਸਿਰਾਤਲ ਮੁਸਤਕੀਮ ਸਿਰਾਤਲ ਲਜ਼ੀਨਾ ਅਨਅਮਤਾ ਅਲੈਹਿਮ ਗੈਰਿਲ ਮਗਜ਼ੂਬਿ ਅਲੈਹਿਮ ਵਲਜ਼ਾਲੀਨ। ਮੇਰੇ ਆਕਾ ਇਹ ਪੜ੍ਹ ਕੇ ਨਾ ਅੱਗੇ ਕੀ ਪੜ੍ਹਦੇ ਨੇ, ਹਦੀਸ ਪਾਕ 'ਚ ਲਿਖਿਆ ਜੱਗਾਂ ਦੇ ਪੀਰ ਪੜ੍ਹਦੇ ਨੇ ਯਾ ਅਯੂਹਲ ਮੁਜ਼ੰਮਿਲ ਹਾਏ 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 ਕੁਰਾਨ ਯਾ ਅਯੂਹਲ ਮੁਜ਼ੰਮਿਲ ਕੁਮਿ ਲੈਲਾ ਇਲਾ ਕਲੀਲਾ ਨਿਸਫਾਉ ਅਵਿਨ ਕੁਸ ਮਿਨਹੂ ਕਲੀ। ਉਹ ਕਸੂਰੀਆ ਦਿਲੋ ਦਿਮਾਗ ਦੀਆਂ ਤਖਤੀਆਂ ਤੇ ਲਿਖ ਕੇ ਲੈ ਜਾ, ਦਿਲੋ ਦਿਮਾਗ ਨੂੰ ਟੇਪ ਰਿਕਾਰਡ ਬਣਾ ਕੇ ਰਿਕਾਰਡ ਕਰਕੇ ਲੈ ਜਾ। ਯਾ ਅਯੂਹਲ ਮੁਜ਼ੰਮਿਲ ਕੁਮਿ ਲੈਲਾ ਇਲਾ ਕਲੀਲਾ ਆ ਰਿਕਾਰਡ ਕਰ ਲਓ, ਇਹਨੂੰ ਕੈਚ ਕਰ ਲਓ, ਇਹਨੂੰ ਕੈਮਰੇ 'ਚ ਲੈ ਆਓ, ਲੋਕਾਂ ਨੂੰ ਦਿਖਾ ਦਿਓ। ਯਾ ਇਹ ਤੋਂ ਹੀ ਨਿਕਲ ਆਈ ਜੇ, ਸੂਰਤ ਵੀ ਉਹ ਹੀ ਨਿਕਲ ਆਈ ਜੇ ਜੱਗਾਂ ਦੇ ਪੀਰ ਪੈ ਪੜਦੇ ਨੇ ਯਾ ਅਯੂਹਲ ਮੁਜ਼ੰਮਿਲ ਯਾ ਅਯੂਹਲ ਮੁਜ਼ੰਮਿਲ
ਕੋਮਿਲ ਇਲਾ ਕਲੀਲਾ ਨਿਸਬਾਉ ਅਬਿਨ ਕੁਸ ਮਿਨ ਹੋ ਕਲੀਲਾ ਔਜ਼ਦਾ ਲਈ ਵਰਤੀ ਲਿਲ ਕੁਰਆਨ ਤਰਤੀ ਅਲੈਕਾ ਕੌਲਨ ਸਕੀਲਾ ਕਹੋ ਸੁਭਾਨ ਅੱਲਾਹ। ਇਹ ਤੂਫੈਲ ਜਿਹੜਾ ਨਾ ਇਹ ਇੰਜ ਚੱਕਰ ਕੱਟਦਾ ਕੱਟਦਾ ਜੱਗਾਂ ਦੇ ਪੀਰ ਦੇ ਕੋਲ ਪਹੁੰਚਿਆ, ਇਹਦੇ ਕੰਨ ਵਿੱਚ ਆਵਾਜ਼ ਪੈ ਗਈ ਤੇ ਖਲੋ ਗਿਆ। ਖਲੋ ਕੇ ਆਂਦਾ ਉਹ ਤੂਫੈਲ, ਐਡੀ ਪਿਆਰੀ ਆਵਾਜ਼, ਐਡੀ ਸੁਹਾਣੀ ਆਵਾਜ਼, ਉਹ ਪਤਾ ਨਹੀਂ ਦੁਬਾਰਾ ਸੁਣਨੀ ਨਸੀਬ ਹੋਣੀ ਆ ਕਿ ਨਹੀਂ। ਉਹ ਤਵਾਫ ਬਾਅਦ 'ਚ ਕਰ ਲਈ, ਪਹਿਲਾਂ ਇਹ ਆਵਾਜ਼ ਸੁਣ ਲੈ। ਅਤੇ ਮੱਕੇ ਵਾਲੇ ਕੀ ਆਉਂਦੇ ਸਨ? ਆਵਾਜ਼ ਕੀ ਆਉਂਦੇ ਸਨ? ਆਵਾਜ਼ ਨਾ ਸੁਣੀ। ਅਤੇ ਤੂਫੈਲ ਨੇ ਇੱਧਰੋਂ ਰੂੰ ਕੱਢਿਆ, ਕੰਨ 'ਚੋਂ ਕੱਢ ਕੇ ਇੱਧਰੋਂ ਸੁੱਟ ਦਿੱਤਾ, ਇੱਧਰੋਂ ਰੂੰ ਕੱਢਿਆ ਅਤੇ ਸੁੱਟ ਦਿੱਤਾ। ਤੇ ਜੱਗਾਂ ਦੇ ਪੀਰ ਪੜਦੇ ਨੇ, ਔਜ਼ਦਾ ਲਈ ਵਰਤੀ ਲਿਲ ਕੁਰਆਨ ਤਰਦੀਲਾ ਇੰਨਾ ਸਨੁਲਕੀ ਅਲੈਕਾ ਕੌਲਨ ਸਕੀਲਾ ਇੰਨਾ ਨਾਸ਼ੀਅਤ ਲੈਲੀ ਹਿਆ ਅਸ਼ਦ ਦੁਆਤ ਅਕਵਮੁਕੀਲਾ ਇੰਨਾ ਲਗਾ ਫਿੰਨਾਰਿ ਸਭਹੰ ਤਵੀਲਾ ਵਜ਼ਕੁਰ ਇਸਮਾ ਰੱਬਿਕਾ ਵਤਬੱਤਲ ਇਲੈਹਿ ਤਬਤੀਲਾ ਵਤਬੱਤਲ ਇਲੈਹਿ ਤਬਤੀਲਾ ਰੱਬੁਲ ਮਸ਼ਰਿਕਿ ਵਲ ਮਗਰਿਬਿ ਲਾ ਇਲਾਹਾ ਇਲਾਹੁ ਫਤਖਿਜ਼ੁ ਵਕੀਲਾ। ਜੱਗਾਂ ਦੇ ਪੀਰ ਇਸਲਾਮ ਕੁਰਾਨ ਪੜ੍ਹਦੇ ਨੇ, ਨਮਾਜ਼ ਖਤਮ ਕਰਦੇ ਨੇ, ਸੀਰਤ ਨਿਗਾਰਾ ਨੇ ਲਿਖਿਆ ਕਿ ਮੇਰੇ ਆਕਾ ਆਪਣੇ ਘਰ ਵੱਲ ਚੱਲ ਪੈਂਦੇ ਨੇ ਅਤੇ ਇਹ ਤੂਫੈਲ ਕਾਬੇ ਦਾ ਤਵਾਫ ਛੱਡ ਦਿੰਦਾ ਅਤੇ ਮੇਰੇ ਆਕਾ ਦੇ ਮਗਰ ਹੀ ਟੁਰ ਪੈਂਦਾ। ਮੇਰੇ ਆਕਾ ਘਰ ਦਾਖਲ ਹੋ ਗਏ, ਇਹਨੇ ਜਾ ਕੇ ਦਸਤਕ ਦਿੱਤੀ। ਆਕਾ ਪੁੱਛਿਆ, ਮਨ ਦੱਕਲ ਬਾਬੂ, ਇਹਦੇ ਕੌਣ? ਇਹਨੇ ਦੱਸਿਆ, ਜੀ ਆਨਾ ਤੂਫੈਲ, ਮੈਂ ਤੂਫੈਲ ਹਾਂ, ਦੌਸ ਕਬੀਲੇ ਦਾ ਸਰਦਾਰ ਹਾਂ। ਆਕਾ ਫਰਮਾਉਂਦੇ ਨੇ, ਬਾਈ ਕਿਵੇਂ ਆਇਆ? ਆਂਦਾ, ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਬਾਕੀ ਗੱਲਾਂ ਬਾਅਦ 'ਚ ਹੋਣਗੀਆਂ, ਪਹਿਲਾਂ ਹੱਥ ਅੱਗੇ ਕਰੋ, ਮੈਂ ਕੁਰਾਨ ਸੁਣ ਲਿਆ, ਮੁਸਲਮਾਨ ਹੋਣਾ ਚਾਹੁੰਦਾ। ਅੱਲਾ ਸਾਨੂੰ ਵੀ ਕੁਰਾਨ ਨਾਲ ਪਿਆਰ ਨਸੀਬ ਫਰਮਾ। ਦਿਲੋਂ ਕਹਿ ਦਿਓ, ਉਹ ਵੀ ਤੇ ਲੋਕ ਹੈ ਸਨ ਨਾ ਜਿਨ੍ਹਾਂ ਦੀ ਬੋਲੀ ਰੱਬ ਦਾ ਕੁਰਾਨ ਸੀ, ਜਿਹੜੇ ਗੱਲ ਹੀ ਰੱਬ ਦੇ ਕੁਰਾਨ ਨਾਲ ਕਰਦੇ ਸਨ। ਹਜ਼ਰਤ ਅਬਦੁੱਲਾ ਬਿਨ ਮੁਬਾਰਕ ਰਹਿਮਤੁੱਲਾ ਅਲੈ ਆਖੋ,
ਇਹ ਵੀ ਆਖਿਆ ਤੁਹਾਨੂੰ ਬਿੱਲ ਆਉਂਦਾ ਰਹਿਮਤੁਲਾ ਅਲੈ। ਆਂਦੇ ਨੇ ਮੈਂ ਹੱਜ ਕਰਕੇ ਨਿਕਲਿਆ, ਅੱਲਾ ਸਾਰਿਆਂ ਨੂੰ ਨਸੀਬ ਫਰਮਾਏ, ਤੇ ਮੇਰੀ ਨਜ਼ਰ ਪਈ ਤੇ ਆਂਦੇ ਨੇ ਮੈਨੂੰ ਝੋਲਾ ਪਿਆ ਕਿ ਇੱਕ ਦੂਰ ਜਿਵੇਂ ਕੋਈ ਬੀਬੀ ਬੈਠੀ ਹੈ। ਆਂਦੇ ਨੇ ਮੇਰੇ ਨਾਲ ਸਾਥੀ ਨੇ, ਮੈਂ ਉਹਨਾਂ ਨੂੰ ਲੈ ਕੇ ਉੱਧਰ ਟੁਰ ਪਿਆ। ਆਂਦੇ ਨੇ ਮੈਂ ਜ਼ਰਾ ਕਰੀਬ ਪਹੁੰਚਿਆ ਨਾ ਤੇ ਮੈਨੂੰ ਸਹੀ ਤਰ੍ਹਾਂ ਆਵਾਜ਼ ਹੀ ਹੋਇਆ ਕਿ ਕੋਈ ਬੀਬੀ ਬੈਠੀ ਹੈ ਤੇ ਬੀਬੀ ਨੇ ਪਰਦਾ ਕੀਤਾ। ਕੀ ਕੀਤਾ ਫੇਰ ਦੱਸੋ? ਸ਼ਲਵਾਰ ਗਿੱਟਿਆਂ ਤੋਂ ਉੱਚੀ ਕਿੰਨੇ ਰੱਖਣੀ ਸੀ? ਜਿਹੜਾ ਬੰਦਾ ਉਹ ਬੋਲੇ ਕਿੰਨੇ ਰੱਖਣੀ ਸੀ? ਕਿੰਨਾ ਨੇ? ਅੱਜ ਕੱਲ੍ਹ ਕੌਣ ਰੱਖਦੀਆਂ ਨੇ? ਤੇ ਤੁਸੀਂ ਮਰ ਜਾਓ ਫਿਰ। ਰੱਖਣੀਆਂ ਤੁਸੀਂ ਨੇ ਰੱਖਦੀਆਂ, ਬੀਬੀਆਂ ਨੇ, ਤੁਸੀਂ ਮਰ ਜਾਓ ਫਿਰ। ਤੁਹਾਡੇ ਕੰਮ ਉਹ ਜੋ ਕਰਦੀਆਂ ਨੇ, ਸ਼ੁਕਰ ਕਰੋ ਕਿਤੇ ਇਹ ਨਹੀਂ ਆਉਂਦੀਆਂ ਦਾੜੀ ਸਾਨੂੰ ਦੇ ਦਿਓ ਅਸੀਂ ਜੁਮਾ ਪੜ੍ਹਾਉਣੀ ਆ, ਤੁਸੀਂ ਕਾਕੇ ਨੂੰ ਦੁੱਧ ਪਿਆਓ। ਔਰ ਜਿਹੜੀ ਜ਼ਿੰਮੇਦਾਰੀ ਰੱਬ ਨੇ ਤੈਨੂੰ ਦਿੱਤੀ ਉਹਦੇ ਵਿੱਚ ਰਹਿ, ਉਹਦੇ ਤੇ ਅਮਲ ਕਰ ਤੇ ਰੱਬ ਦੀ ਜੰਨਤ ਦਾ ਹੱਕਦਾਰ ਬਣ। ਕੁਰਾਨ ਨਾਲ ਪਿਆਰ ਕਰ, ਇਹਨਾਂ ਮਾਈਏ ਦੋੜੇ ਹੀਰ ਸੱਸੀ ਪੁੰਨੂ ਨਾਲ ਪਿਆਰ ਨਾ ਕਰ, ਕੁਰਾਨ ਨਾਲ ਪਿਆਰ ਕਰ, ਔਲਾਦ ਨੂੰ ਕੁਰਾਨ ਸੁਣਾ। ਹਜ਼ਰਤ ਅਬਦੁੱਲਾ ਬਿਨ ਮੁਬਾਰਕ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ, ਮੈਂ ਵੇਖਿਆ ਬੀਬੀ ਬੈਠੀ ਹੈ ਤੇ ਮੈਂ ਉਹਨੂੰ ਜਾ ਕੇ ਪੁੱਛਿਆ, ਬੀਬੀ ਕੌਣ ਹੈ ਤੂੰ, ਇੱਥੇ ਬੈਠੀ ਹੈ, ਤੇਰਾ ਨਾਂ ਕੀ ਹੈ? ਤੇ ਬੀਬੀ ਆਂਦੀ ਹੈ, ਵਜ਼ਕੁਰ ਫਿਲ ਕਿਤਾਬੀ ਮਰੀਮ, ਵਜ਼ਕੁਰ ਫਿਲ ਕਿਤਾਬੀ ਮਰੀਮ ਇਜ਼ਨ ਤਬਜ਼ਤ ਮਿਨ ਅਹਲਿਹਾ ਮਕਾਨਨ ਸ਼ਰਕੀਆ। ਅੱਜ ਦੀਆਂ ਬੀਬੀਆਂ ਨੂੰ ਇਹ ਪੁੱਛ ਲਓ, ਬੀਬੀ ਫਾਤਿਹਾ ਆਉਂਦੀ ਆ? ਉਹ ਕਿਹਦਾ ਨਾਂ ਹੈ? ਇਹ ਸੁਣ ਲਓ ਕਿ ਵੀਰ ਮੇਰਾ ਘੋੜੀ ਚੜਿਆ, ਇਹ ਸਭ ਕੁਛ ਆਉਂਦਾ, ਫਾਤਿਹਾ ਨਹੀਂ ਆਉਂਦੀ। ਉਹ ਦੋ ਬੀਬੀਆਂ ਚਲੀਆਂ ਗਈਆਂ ਐਵੇਂ ਕਿਸੇ ਪੀਰ ਕੋਲ। ਮਾਸ਼ਾਅੱਲਾ, ਅੱਜ ਕੱਲ੍ਹ ਦੇ ਪੀਰ ਵੀ ਚੰਗੇ ਨੇ, ਆਉਂਦੇ ਜਿੰਨ ਕੱਢਣ ਨੇ ਲੈ ਕੇ ਕੁਛ ਹੋਰ ਟੁਰ ਜਾਂਦੇ ਨੇ। ਅੱਲਾ ਹਦਾਇਤ ਨਸੀਬ ਫਰਮਾਏ। ਉਹ ਨਾ ਬੀਬੀ ਗਈ ਪੀਰ ਕੋਲ ਦਮ ਕਰਾਉਣ ਤੇ ਪੀਰ ਨੇ ਪੁੱਛਿਆ, ਬੀਬੀ ਖਾਮਦ ਦਾ ਨਾਂ ਕੀ ਆ? ਤੇ ਉਹਨੇ ਸੁਣਿਆ ਸੀ ਖਾਮਦ ਦਾ ਨਾਂ ਲਿਆ ਤੇ ਨਿਕਾਹ ਟੁੱਟ ਜਾਂਦਾ। ਲਓ, ਇੱਕ ਤਾਂ ਮੌਲਵੀ ਨਿਕਾਹ ਬੜੀ ਛੇਤੀ ਤੋੜਦੇ ਨੇ, ਪਤਾ ਨਾ ਨਵਾਂ ਪੜ੍ਹਾਵਾਂਗੇ ਤੇ ਅੱਗੋਂ 500 ਦਾ ਨੋਟ ਮਿਲਣਾ, ਨਿਕਾਹ ਟੁੱਟ ਜਾਏਗਾ। ਨਾਲ ਦੀ ਨੂੰ ਆਉਂਦੀ ਹੈ, ਤੂੰ ਦੱਸ ਬੰਦਾ ਤੇਰਾ ਨਾਂ ਉਹ ਦੱਸੇ, ਦੱਸ ਮੇਰੇ ਬੰਦੇ ਦਾ ਨਾਂ ਕੀ? ਐ ਮੈਂ ਸੁਣਿਆ ਕਿ ਬੰਦੇ ਦਾ ਨਾਂ ਲਿਆ ਨਿਕਾਹ ਟੁੱਟ ਜਾਂਦਾ। ਉਹਨੇ ਕਿਹਾ, ਬੀਬੀ ਨਮਾਜ਼ ਪੜ੍ਹਿਆ ਕਰ। ਨਮਾਜ਼ ਉਹਦੇ ਬੰਦੇ ਦਾ ਨਾਂ ਸੀ ਰਹਿਮਤੁੱਲਾ। ਕੀ ਨਾਂ ਸੀ? ਹੁਣ ਉਹਨੂੰ ਪੜ੍ਹਨੀ ਪੈ ਗਈ ਨਮਾਜ਼, ਅਤੇ ਮੌਲ ਵੀ ਕਿਸੇ ਅਨਪੜ੍ਹ ਦੇ ਢਾਏ ਚੜ੍ਹੀ ਸੀ ਜਿਹਨੇ ਆਖਿਆ ਸੀ ਬੰਦੇ ਦਾ ਨਾਂ ਨਾ ਲਈ, ਨਾਂ ਲਿਆ ਨਿਕਾਹ ਟੁੱਟ ਜਾਂਦਾ।
ਹੁਣ ਉਹਨੇ ਫੇਰਨੀ ਸੀ ਸਲਾਮ, ਅਤੇ ਬੰਦੇ ਦਾ ਨਾਂ ਸੀ, ਅਤੇ ਆਉਂਦੀ ਅਸਲਾਮ ਵਾਲੇਕਮ ਵੇ ਪੱਪੂ ਦੇ ਆਬਾ, ਅਸਲਾਮ ਵਾਲੇਕਮ ਵੇ ਨੰਨੀ ਦੇ ਆਬਾ। ਉਹਦੀ ਜਾਣੇ ਬਲਾ ਸੂਰਾ ਫਾਤਿਹਾ ਕੀ ਹੈ, ਕੁਰਾਨ ਕੀ ਹੈ? ਜਿਹਨੇ ਕੁਰਾਨ ਪੜ੍ਹਿਆ ਨਹੀਂ ਉਹਨੇ ਪੜ੍ਹ ਕੇ ਸੁਣਾਉਣਾ ਕੀ ਹੈ ਕਿਸੇ ਨੂੰ? ਸੁਣ ਕੁਰਾਨ ਜ਼ਰਾ। ਮਾਈ ਮਰੀਅਮ ਆਉਂਦੀ ਹੈ ਬਜ਼ ਕੁਰ ਫਿਲ ਕਿਤਾਬੀ ਮਰੀਅਮ,